ਸਾਰਿਆਂ ਨੂੰ ਬਹੁਤ ਪਿਆਰ ਸੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਬੰਦ ਹੋ ਗਿਆ ਜੀ ਮਾਈਕ ਆਪਣੀਆਂ ਮੰਗਾਂ ਲਈ ਧਰਨਾ ਜਿਹੜਾ ਲਾਇਆ ਸੀਗਾ ਅੱਜ ਦੁਪਹਿਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਅੱਜ ਦੁਪਹਿਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਪੰਜਾਬ ਦੀਆਂ ਜਥੇਬੰਦੀਆਂ ਤੇ ਕਿਸਾਨ ਲੀਡਰਾਂ ਦੇ ਆਗੂਆਂ ਦੀ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ 3 ਘੰਟੇ ਮੀਟਿੰਗ ਹੋਈ ਹੈ ਔਰ ਮੀਟਿੰਗ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਬਹੁਤ ਗੱਲਾਂ ਕਿਸਾਨਾਂ ਨੂੰ ਪੁੱਤ ਕਰਨ ਵਾਸਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੈਅ ਕੀਤੀਆਂ ਬਹੁਤ ਸਾਰੀ ਵਿਚਾਰ ਚਰਚਾ ਹੋਈ ਹੈ ਔਰ ਜਿਹੜੀਆਂ ਅੱਜ ਦੇ ਧਰਨੇ ਦੇ ਨਾਲ ਸੰਬੰਧਿਤ ਕੁਛ ਮੰਗਾਂ ਸੀਗੀਆਂ ਉਹਨਾਂ ਨੂੰ ਮੰਨਿਆ ਗਿਆ ਕੁਛ ਮੰਗਾਂ ਜਿਹੜੀਆਂ ਅਗਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਉਹ ਹੱਲ ਹੋਣਗੀਆਂ ਪਹਿਲਾਂ ਤੇ ਜਿਹੜਾ ਝੋਨੇ ਦੀ ਲਵਾਈ ਦਾ ਸਮਾਂ ਸੀਗਾ ਉਹ ਮਾਨ ਸਾਹਿਬ ਨੇ 14 ਜੂਨ ਤੇ 17 ਜੂਨ ਜਿਹੜਾ ਕਰ ਦਿੱਤਾ ਪੂਰੇ ਪੰਜਾਬ ਨੂੰ 2 ਜੋਨਾਂ ਦੇ ਵਿੱਚ ਜਿਹੜਾ ਵੰਡਿਆ ਜਾਊਗਾ ਕਿਸਾਨ ਲੀਡਰ ਜਿਹੜੇ ਉਹ 2 ਜੋਨ ਬਣਾ ਕੇ ਦੇਣਗੇ ਔਰ ਜਿਹੜਾ ਬਾਰਡਰ ਏਰੀਆ ਔਰ ਸੇਮ ਵਾਲਾ ਏਰੀਆ ਔਰ ਜਿਹੜਾ ਦਰਿਆਵਾਂ ਦੇ ਕੰਢੇ ਵਾਲਾ ਏਰੀਆ ਇੱਥੇ ਝੋਨੇ ਦੀ ਲਵਾਈ ਜਿਹੜੀ ਆ 10 ਜੂਨ ਤੋਂ ਸ਼ੁਰੂ ਹੋ ਜਾਊਗੀ ਔਰ ਦੂਜਾ ਜਿਹੜਾ ਕਿਸਾਨਾਂ ਦੀ ਲੰਮੇ ਸਮੇਂ ਤੋਂ ਮੰਗ ਸੀਗੀ ਮੰਡੀ ਦੇ ਉੱਤੇ MSP ਜਿਹੜੀ ਹੈ ਉਹ ਅੱਜ ਉਹਦਾ ਨੋਟੀਫਿਕੇਸ਼ਨ ਕੀਤਾ ਗਿਆ ਘੱਟੋ ਘੱਟ ਜਿਹੜੀ 7275 ਰੁਪਈਏ ਜਿਹੜੀ ਮੂੰਗੀ ਦਾ ਰੇਟ ਜਿਹੜਾ ਉਹ ਤੈਅ ਕੀਤਾ ਗਿਆ ਉਹਦਾ ਨੋਟੀਫਿਕੇਸ਼ਨ ਕਰਕੇ ਉਹਦੀਆਂ ਮੰਡੀਆਂ ਤੈਅ ਕਰਕੇ ਜਿਹੜੀਆਂ ਉਹ ਕਿਸਾਨ ਲੀਡਰਾਂ ਨੂੰ ਦਿੱਤੀਆਂ ਗਈਆਂ ਤੀਸਰੀ ਗੱਲ ਕਿਸਾਨਾਂ ਦੀ ਮੰਗ ਸੀਗੀ ਕਿ ਮੱਕੀ ਤੇ ਬਾਸਮਤੀ ਦੇ ਉੱਤੇ MSP ਹੋਣੀ ਚਾਹੀਦੀ ਹੈ ਕਿਉਂਕਿ ਇਹ ਸੈਕਟਰ ਦੇ ਨਾਲ ਮਸਲਾ ਇਹਦੇ ਵਾਸਤੇ ਮੁੱਖ ਮੰਤਰੀ ਜੀ ਨੇ ਕੱਲ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਤੈਅ ਕੀਤੀ ਹੈ 3:15 ਵਜੇ ਕੱਲ ਦਿੱਲੀ ਦੇ ਵਿੱਚ ਮੀਟਿੰਗ ਹੋਊਗੀ ਉਹਦੇ 'ਚ 2 ਚੀਜ਼ਾਂ ਵੀ ਤੈਅ ਹੋਣਗੀਆਂ ਤੇ ਤੀਜਾ ਜਿਹੜਾ ਐਲਕਾ ਮੌਸਮ ਖਰਾਬ ਹੋਣ ਕਰਕੇ ਜਿਹੜੀ ਕਣਕ ਦੀ ਜਿਹੜਾ ਕਣਕ ਦਾ ਭਾਅ ਘਟਿਆ ਉਹਦੇ ਲਈ ਕਿਸਾਨਾਂ ਨੂੰ ਜਿਹੜਾ ਬੋਨਸ ਦੇਣ ਦਾ ਉਹ ਵੀ ਕੱਲ ਦਿੱਲੀ ਦੇ ਵਿੱਚ ਮਾਨ ਸਾਹਿਬ ਜਿਹੜਾ ਉਹ ਤੈਅ ਕਰਨਗੇ ਔਰ ਚੌਥੀ ਜਿਹੜੀ ਪੰਜਾਬ ਦੇ ਅੰਦਰ ਤੈਅ ਕੀਤਾ ਕਿ ਜਿਹੜੇ ਕਿਸਾਨਾਂ ਦੇ ਸਿਰ ਤੇ ਕਰਜ਼ੇ ਆ ਕਿਤੇ ਵੀ ਹੁਣ ਸਾਡੀ ਸਰਕਾਰ ਦੇ ਸਹਿਕਾਰੀ ਵਿਭਾਗ ਦੇ ਬੈਂਕਾਂ ਦੇ ਕੋਈ ਵੀ ਕੁਰਕੀ ਬਰਾਂਚ ਕਰੇ ਉਹ ਕਿਸਾਨਾਂ ਦੇ ਨਹੀਂ ਨਿਕਲਣਗੇ ਨਾ ਹੀ ਕਿਸਾਨਾਂ ਨੂੰ ਕਿਤੇ ਗ੍ਰਿਫਤਾਰ ਕੀਤਾ ਜਾਊਗਾ ਔਰ ਪੰਜਵੀਂ ਜਿਹੜੀ ਕਿਸਾਨਾਂ ਦੀ ਮੰਗ ਅਸੀਂ ਤੈਅ ਕੀਤੀ ਹੈ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੀ 1 ਤਰੀਕ ਤੋਂ ਜਿਹੜਾ ਪੰਜਾਬ ਦੇ ਅੰਦਰ ਸ਼ਾਮਲਾਟ ਪੰਚਾਇਤੀ ਜ਼ਮੀਨਾਂ ਦੇ ਉੱਤੇ ਲੋਕਾਂ ਦੇ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਅੰਦਰ ਕਿਸਾਨ ਆਗੂਆਂ ਨੇ ਇੱਕ ਸੁਝਾਅ ਦਿੱਤਾ ਸੀਗਾ ਕਿ ਕੁਝ ਆਬਾਦ ਕਰ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਸੀਗੀਆਂ ਪੁਰਾਣੀਆਂ ਕੁਝ ਦਰਿਆਵਾਂ ਦੇ ਕੰਢੇ ਵਾਲੀਆਂ ਅਸੀਂ ਹੁਣ ਆਬਾਦ ਕਰਨ ਦੇ ਕੇਸਾਂ ਨੂੰ ਵੱਖਰੇ ਤੌਰ ਤੇ ਵਿਚਾਰਾਂਗੇ ਔਰ ਦੂਜੀਆਂ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਉਹਨਾਂ ਦੀ ਕਬਜ਼ਾ ਜਿਹੜੀ ਕਬਜ਼ਾ ਮੁਹਿੰਮ ਹੈ ਉਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਇਹਦੇ ਵਾਸਤੇ ਇੱਕ ਕਿਸਾਨ ਲੀਡਰਾਂ ਦਾ ਮੀਟਿੰਗ ਪੇਂਡੂ ਵਿਕਾਸ ਪੰਚਾਇਤ ਜਿਹੜਾ ਸਾਡਾ ਮਹਿਕਮਾ ਤੇ ਮੇਰੇ ਅਗਵਾਈ ਦੇ ਵਿੱਚ ਅਸੀਂ 23 ਮਈ ਨੂੰ ਸੋਮਵਾਰ ਕਿਸਾਨ ਲੀਡਰਾਂ ਨਾਲ ਮੀਟਿੰਗ ਕਰਾਂਗੇ ਜਿੱਥੇ ਵੀ ਕਿਤੇ ਆਬਾਦ ਕਰਨ ਦੀਆਂ ਜ਼ਮੀਨਾਂ ਦਾ ਮਸਲਾ ਆ ਉਹ ਅਸੀਂ ਬੈਠ ਕੇ ਉਹਨਾਂ ਨੂੰ ਮਾਲਕੀ ਹੱਕ ਦਿਵਾਉਣ ਵਾਸਤੇ ਜਿਹੜਾ ਉਹ ਤੈਅ ਕਰਾਂਗੇ ਇਹ ਅੱਜ ਮੋਟੇ ਤੌਰ ਤੇ ਹੋਈਆਂ ਕੁਝ ਇੱਦਾਂ ਵੀ ਸੀਗਾ
ਕਿਸਾਨਾਂ ਨੇ ਕਿਹਾ ਕਿ ਸਾਡਾ ਜਿਹੜਾ ਮੱਲੇ ਕੰਮੇ ਦਾ ਬਕਾਇਆ ਰਹਿੰਦਾ ਸੀਗਾ ਉਹ ਵੀ ਉਹਨਾਂ ਨੇ ਹਦਾਇਤਾਂ ਕਰਤੀਆਂ ਮਾਨ ਸਾਹਿਬ ਨੇ ਆਪਣੀ ਗਵਰਨਮੈਂਟ ਦਾ ਕੁਝ ਸਰਕਾਰੀ ਮਿੱਲਾਂ ਦਾ ਰਹਿੰਦਾ ਸੀਗਾ ਉਹ ਵੀ ਤੇ ਪ੍ਰਾਈਵੇਟ ਮਿੱਲਾਂ ਕੋਲ ਲੈਣ ਲਈ ਵੀ ਉਹਨਾਂ ਨੇ ਤੈਅ ਕੀਤਾ ਇੱਕ ਜਿਹੜਾ ਉੱਧਰ ਮੁਕਸਰ ਤੇ ਫਾਜ਼ਿਲਕਾ ਦੇ ਏਰੀਆ ਵਿੱਚ ਪਾਣੀ ਚੁੱਕਣ ਤੇ ਜਿਹੜਾ ਟੂਬਲ ਦਾ ਜਿਹੜਾ ਵੱਧ ਆਉਂਦਾ ਉੱਤੇ ਵੀ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਇੱਥੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਪਹਿਲਾਂ ਸਾਡੇ ਕੋਲ ਮਸਲਾ ਕਦੀ ਆਇਆ ਨਹੀਂਗਾ ਸੋ ਇਹ ਅੱਜ ਮਸਲੇ ਜਿਹੜੇ ਵਿਚਾਰੇ ਆ ਔਰ ਮਾਨ ਸਾਹਿਬ ਨੇ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਗੱਲ ਕਹੀ ਆ ਉਹ ਬੜੀ ਕੀਮਤੀ ਆ ਉਹਨਾਂ ਕਿਹਾ ਮੈਂ ਸਧਾਰਨ ਕਿਸਾਨ ਦਾ ਪੁੱਤ ਤੁਹਾਡੇ ਵਰਗਾ ਮੈਂ ਖੇਤੀ ਕਰਦਾ ਰਿਹਾ ਅਜੇ ਮੈਨੂੰ 2 ਮਹੀਨੇ ਦੇ ਕਰੀਬ ਹੋਇਆ ਸਰਕਾਰ ਬਣੀ ਨੂੰ ਮੈਨੂੰ ਥੋੜਾ ਟਾਈਮ ਦਿਓ ਕਿਸਾਨਾਂ ਨੇ ਕਿਹਾ ਕਿਸਾਨ ਮਾਨ ਸਾਹਿਬ ਕਰਜ਼ਾ ਬਹੁਤ ਹੈ ਕਿਸਾਨਾਂ ਦੇ ਸਿਰ ਤੇ ਤੇ ਮਾਨ ਸਾਹਿਬ ਨੇ ਕਿਹਾ ਕਿ ਮੈਂ ਜਿਹੜੀ ਆ ਕਰਜ਼ਾ ਮਾਫੀ ਨਹੀਂ ਮੈਂ ਚਾਹੁੰਦਾ ਕਿ ਮੇਰੀ ਸਰਕਾਰ ਕਰਜ਼ਾ ਮੁਕਤੀ ਕਰੇ ਬਸ ਮੈਨੂੰ ਥੋੜਾ ਟਾਈਮ ਦਿਓ ਤੇ ਟਾਈਮ ਦੇ ਕੇ ਮੈਂ ਸਭ ਮਸਲੇ ਜਿਹੜੇ ਕਿਸਾਨਾਂ ਦੇ ਉਹ ਹੱਲ ਕਰੂੰਗਾ ਬਸ ਮੈਂ ਇਹ ਤੁਹਾਨੂੰ ਕਹਿਣ ਆਇਆ ਸੀਗਾ ਸਭ ਦਾ ਬਹੁਤ ਬਹੁਤ ਧੰਨਵਾਦ।